ਸਾਰੇ ਭੈਣ ਭਰਾਵਾਂ ਨੂੰ ਚੈਨ ਸੀ। ਪਿਛਲੇ ਦਿਨਾਂ ਤੋਂ ਮੈਂ ਬਹੁਤ ਜ਼ਿਆਦਾ ਬਿਮਾਰ ਸੀਗੀ ਅਤੇ ਮੇਰੀ ਇੰਨੀ ਹਾਲਤ ਖਰਾਬ ਸੀ ਕਿ ਮੈਂ ਉੱਠ ਬੈਠ ਬਹੁਤ ਮੁਸ਼ਕਲ ਨਾਲ ਸਕਦੀ ਸੀਗੀ। ਅਤੇ ਮੈਂ ਪਿਛਲੇ ਦਿਨਾਂ ਦੇ ਵਿੱਚ ਪਾਸਟਰ ਆਪਣੇ ਪਾਸਟਰ ਜੀ ਕੋਲ ਪ੍ਰੇਅਰ ਕਰਾਈ ਅਤੇ ਉਹਨਾਂ ਦੀ ਸਾਰੀ ਟੀਮ ਨੇ ਮੇਰੇ ਵਾਸਤੇ ਪ੍ਰੇਅਰ ਕੀਤੀ ਅਤੇ ਮੈਂ ਅੱਜ ਤੁਹਾਡੇ ਸਾਹਮਣੇ ਚੰਗੀ ਭਲੀ ਹਾਂ ਅਤੇ ਉੱਠ ਬੈਠ ਸਕਦੀ ਹਾਂ ਬੜੇ ਵਧੀਆ ਤਰੀਕੇ ਦੇ ਨਾਲ। ਅਤੇ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ, ਸ਼ੁਕਰ ਕਰਦੀ ਹਾਂ ਕਿ ਉਹਨੇ ਸਾਨੂੰ ਸੰਭਾਲਿਆ। ਦੂਸਰੀ ਗਵਾਹੀ ਮੇਰੀ ਇਹ ਹੈ ਕਿ ਮੇਰੇ ਪਤੀ ਦਾ ਕੰਮ ਬਿਲਕੁਲ ਨਹੀਂ ਸੀ ਚੱਲ ਰਿਹਾ। ਅਸੀਂ ਇੰਨੇ ਨਰਵਸ ਹੋ ਗਏ ਸੀ ਕਿ ਅਸੀਂ ਕਿੱਦਾਂ ਆਪਣਾ ਗੁਜ਼ਾਰਾ ਕਰਾਂਗੇ, ਪਰ ਪਰਮੇਸ਼ਵਰ ਤਾਂ ਸਭ ਕੁਛ ਦੇਖਦਾ ਆ। ਪਰਮੇਸ਼ਵਰ ਨੇ ਮੇਰੇ ਪਤੀ ਨੂੰ ਇੰਨਾ ਕੰਮ ਦਿੱਤਾ ਕਿ ਮੇਰੇ ਪਤੀ ਨੂੰ ਹੁਣ ਬੈਠਣ ਦੀ ਫੁਰਸਤ ਨਹੀਂ ਹੈਗੀ। ਅਤੇ ਮੈਂ ਪ੍ਰਭੂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹ ਸਾਡੀ ਨੇੜੇ ਹੋ ਕੇ ਸੁਣਦਾ ਹੈ, ਉਹ ਸਾਨੂੰ ਸਭ ਕੁਛ ਦੇਣ ਦੀ ਤਾਕਤ ਰੱਖਦਾ ਹੈ, ਪਰ ਅਸੀਂ ਲੋਕ ਵਿਸ਼ਵਾਸ 'ਚ ਕੱਚੇ ਰਹਿ ਜਾਂਦੇ ਹਾਂ। ਮੇਰੇ ਭੈਣ ਅਤੇ ਭਰਾ, ਮੈਂ ਇਹੀ ਮਹਿਸੂਸ ਕੀਤਾ ਕਿ ਪ੍ਰਭੂ ਸੱਚਮੁੱਚ ਸਾਡੇ ਬੋਲਾਂ ਦੇ ਆਪਣੇ ਕੰਨ ਲਾਉਂਦਾ ਹੈ ਤੇ ਸਾਡੀ ਸੁਣਦਾ ਹੈ। ਮੈਂ ਪ੍ਰਭੂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਦੱਸ ਸਕਦੇ ਕਿ ਤੁਹਾਨੂੰ ਕੀ ਪ੍ਰੋਬਲਮ ਆਈ ਸੀ ਪਿਛਲੇ ਸਮੇਂ ਦੇ ਵਿੱਚ, ਪਿਛਲੇ ਦਿਨਾਂ ਵਿੱਚ? ਪਿਛਲੇ ਦਿਨਾਂ ਦੇ ਵਿੱਚ ਮੈਂ ਬਿਮਾਰ ਬਹੁਤ ਸੀ। ਬਿਮਾਰ ਹੋ ਗਏ ਸੀ ਨੰਬਰ 2, ਤੁਹਾਨੂੰ ਡਿਸਕ ਪ੍ਰੋਬਲਮ ਸੀ ਜਦ ਤੁਸੀਂ ਇੱਥੇ ਪਹਿਲੇ ਐਤਵਾਰ ਆਏ ਸੀ, ਬੈਲਟ ਲੱਗੀ ਹੋਈ ਸੀ ਇਹਨਾਂ ਦੇ, ਤੁਹਾਨੂੰ ਯਾਦ ਆ ਕਿ ਇਹਨਾਂ ਦੇ ਬੈਲਟ ਲੱਗੀ ਹੋਈ ਸੀ ਅਤੇ ਜਦੋਂ ਪ੍ਰਾਰਥਨਾ ਹੋਈ ਸੀ ਇਹਨਾਂ ਦੀ ਬੈਲਟ ਖੁੱਲ ਚੁੱਕੀ ਸੀ। ਹਾਂਜੀ, ਡਿਸਕ ਪ੍ਰੋਬਲਮ ਸੀ। ਹਾਂਜੀ, ਡਿਸਕ। ਉਸ ਤੋਂ ਬਾਅਦ ਡਿਸਕ ਪ੍ਰੋਬਲਮ ਤੁਹਾਡੀ ਕਿੱਦਾਂ? ਉਸ ਤੋਂ ਬਾਅਦ ਮੈਂ ਬਿਲਕੁਲ ਠੀਕ ਹੋ ਗਈ। ਬਿਲਕੁਲ ਠੀਕ ਆ? ਹਾਂਜੀ। ਅਤੇ ਜੋ ਬਿਮਾਰੀ ਸੀ, ਜੋ ਵੀ ਪ੍ਰੋਬਲਮ ਸੀ, ਉਹ ਵੀ ਠੀਕ ਹੋ ਚੁੱਕੀ ਹੈ? ਹਾਂਜੀ, ਬਿਲਕੁਲ ਠੀਕ ਹੋ ਚੁੱਕੀ। ਘਰ ਦੇ ਵਿੱਚ ਜੋ ਵੀ ਸਮੱਸਿਆਵਾਂ ਸੀ, ਜੋ ਤੁਸੀਂ ਫੋਨ ਦੇ ਉੱਤੇ ਦੱਸਦੇ ਸੀ, ਠੀਕ ਹੈ, ਬਹੁਤ ਮਤਲਬ ਪਰੇਸ਼ਾਨੀਆਂ, ਤੁਸੀਂ ਡਿਪਰੈਸ਼ਨ ਵਿੱਚ ਚੱਲ ਰਹੇ ਸੀ, ਤੰਗੀਆਂ ਚੱਲ ਰਹੇ ਸੀ, ਉਹ ਹਾਲਾਤ ਕਿਸ ਤਰ੍ਹਾਂ ਕਰਦੇ? ਸਾਰੇ ਸੁਧਰ ਗਏ ਹਾਲਾਤ? ਸਾਰੇ ਸੁਧਰ ਗਏ ਆ। ਹਾਂਜੀ। ਅਤੇ ਮੈਂ ਦੱਸਣਾ ਚਾਹੁੰਦਾ, ਇਹਨਾਂ ਦੇ ਜੋ ਹਸਬੈਂਡ ਆ ਉਹ ਦਿੱਲੀ ਦੇ ਵਿੱਚ ਕੰਮ ਕਰਦੇ ਆ, ਆਪਣੀ ਟੈਕਸੀ ਪਾਈ ਹੋਈ ਹੈ ਉਹਨਾਂ ਨੇ, ਅਤੇ ਉਹਨਾਂ ਦਾ ਕੰਮ ਬਿਲਕੁਲ ਡਾਊਨ ਹੋ ਚੁੱਕਾ ਸੀ। ਬਿਲਕੁਲ ਡੇਕ ਸੀ, ਉਹਨਾਂ ਨੂੰ ਇਦਾਂ ਲੱਗਦਾ ਸੀ ਕਿ ਗੱਡੀ ਦੇ ਵਿੱਚ ਕੋਈ ਬੈਠਾ ਆ ਤੇ ਗੱਡੀ ਮੇਰੀ ਐਨ ਲੀਕ ਹੁੰਦੀ ਜਾ ਰਹੀ ਆ। ਗੈਸ ਪਵਾਉਂਦੇ ਸੀ ਤਾਂ ਪਤਾ ਨਹੀਂ ਸੀ ਲੱਗਦਾ ਗੈਸ ਕਿੱਧਰ ਚਲ ਜਾਂਦੀ ਆ। ਤੇ ਜਦ ਉਹਨਾਂ ਨੇ ਇੱਥੇ ਚਰਚ ਵਿੱਚ ਆਏ, ਉਸ ਤੋਂ ਬਾਅਦ ਫਿਰ ਉਹ ਦਿੱਲੀ ਵਾਪਸ ਆਪਣੀ ਗੱਡੀ ਦੇ ਕੋਲ ਗਏ ਤੇ ਉਹਨਾਂ ਦਾ ਕਾਰੋਬਾਰ ਵੀ ਵਧੀਆ ਚੱਲਣ ਲੱਗ ਗਿਆ। ਜਦ ਉਹਨਾਂ ਨੇ ਸੋਚਿਆ ਕਿ 4 ਪੈਸੇ ਆ ਕਿ ਮੈਂ ਆਪਣੀ ਟੈਕਸੀ ਨੂੰ ਦਿਖਾੜਾਂ ਕਿ ਟੈਕਸੀ 'ਚ ਬਹੁਤ ਖਰਾਬੀ ਕਰਦੇ ਸੀ, ਜਦ ਟੈਕਸੀ ਮਕੈਨਿਕ ਦੇ ਕੋਲ ਲੈ ਕੇ ਗਏ ਤਾਂ ਗੱਡੀ ਵਿੱਚ ਕੋਈ ਵੀ ਨੁਕਸਾਨ ਨਹੀਂ ਸੀ, ਬਿਲਕੁਲ ਗੱਡੀ ਠੀਕ ਠਾਕ ਸੀ। ਦੇਖੋ ਇਹ ਦੱਸ ਰਿਹਾ, ਬਹੁਤ ਹੀ ਅਦਭੁਤ ਗਵਾਹੀ ਆ। ਇਹਨਾਂ ਦੇ ਪਤੀ ਆ ਜਿਹੜੇ ਦਿੱਲੀ ਦੇ ਵਿੱਚ ਆ, ਦਿੱਲੀ ਦੇ ਵਿੱਚ ਆ, ਉਹਨਾਂ ਦੀ ਜਿਹੜੀ ਟੈਕਸੀ ਦਾ ਜਿਹੜਾ ਕੰਮ ਸੀ ਨਾ ਬਿਲਕੁਲ ਡਾਊਨ ਹੋ ਚੁੱਕਾ ਸੀ, ਬਿਲਕੁਲ ਡਾਊਨ ਹੋ ਚੁੱਕਾ ਸੀ, ਕੋਈ ਉਹਨਾਂ ਨੂੰ ਗੇੜਾ ਨਹੀਂ ਆਉਂਦਾ ਸੀ ਅਤੇ ਗੱਡੀ ਵੀ ਖਰਾਬ ਹੋ ਚੁੱਕੀ ਸੀ। ਜਦੋਂ ਇਹ ਐਤਵਾਰ ਚਰਚ ਦੇ ਵਿੱਚ ਆਏ, ਅੱਜ ਤੀਸਰਾ ਸੰਡੇ ਇਹਨਾਂ ਨੂੰ ਚਰਚ ਦੇ ਵਿੱਚ ਆਉਂਦੇ ਹੋਏ ਹਨ, ਨੂਰਪੁਰ ਤੋਂ ਹਨ, ਅਤੇ ਇਹਨਾਂ ਦੇ ਘਰ ਦੇ ਹਾਲਾਤ ਵੀ ਬਿਲਕੁਲ ਠੀਕ ਹੋ ਗਏ, ਇਹਨਾਂ ਦੀ ਬਿਮਾਰੀ ਬਿਲਕੁਲ ਠੀਕ ਹੋ ਗਈ, ਇਹਨਾਂ ਦੀ ਜੋ ਡਿਸਕ ਪ੍ਰੋਬਲਮ ਸੀ ਇਹਨਾਂ ਨੇ ਬੈਲਟ ਲਗਾਈ ਹੋਈ ਸੀ ਉਹ ਵੀ ਬਿਲਕੁਲ ਲਿੱਥ ਗਈ ਅਤੇ ਬਿਲਕੁਲ ਠੀਕ ਹਨ। ਇਹਨਾਂ ਦੇ ਜੋ ਪਤੀ ਦਿੱਲੀ ਦੇ ਵਿੱਚ ਬੈਠੇ ਆ, ਉਹਨਾਂ ਦਾ ਜਿਹੜਾ ਕੰਮ ਆ ਬਿਲਕੁਲ ਚੱਲਣਾ ਸ਼ੁਰੂ ਹੋ ਚੁੱਕਾ ਆ, ਅਤੇ ਦੱਸ ਰਹੇ ਆ ਕਿ ਉਹਨਾਂ ਦਾ ਜਿਹੜਾ ਕੰਮ ਇੰਨਾ ਹੋ ਚੁੱਕਾ ਆ, ਇੰਨਾ ਹੋ ਚੁੱਕਾ ਕਿ ਰੋਟੀ ਖਾਣ ਲਈ ਵੀ ਉਹਨਾਂ ਨੂੰ ਕੋਲ ਟਾਈਮ ਨਹੀਂ ਹੈਗਾ, ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ। ਅਤੇ ਜਿਹੜੀ ਗੱਡੀ ਖਰਾਬ ਹੋ ਗਈ ਸੀ, ਮੇਰੇ ਨਾਲ ਫੋਨ ਤੇ ਗੱਲ ਹੋਈ ਤੇ ਪਾਈ ਸਾਹਿਬ ਉਹਨਾਂ ਨਾਲ ਵੀ ਹੋਈ, ਉਹ ਮਕੈਨਿਕ ਨੇ ਦੱਸਿਆ ਸੀ ਕਿ 10-15 ਹਜ਼ਾਰ ਰੁਪਏ ਲੱਗਣਾ ਆ, 10-15 ਹਜ਼ਾਰ ਰੁਪਇਆ, ਉਹਨਾਂ ਕੋਲ ਪੈਸਾ ਨਹੀਂ ਸੀ। ਅਤੇ ਜਦੋਂ ਇਹ ਚਰਚ ਆਏ ਤਾਂ ਉਸੇ ਆਪ ਤੇ ਉਹ ਗੱਡੀ ਠੀਕ ਕਰਾਉਣਗੇ। ਮਕੈਨਿਕ ਨੇ ਕਿਹਾ ਕਿ ਇਹਨੂੰ ਵੀ ਪ੍ਰੋਬਲਮ ਆ, ਇਹਨੂੰ ਕੁਛ ਨਹੀਂ ਪ੍ਰੋਬਲਮ ਹੈਗੀ, ਬਿਲਕੁਲ ਠੀਕ ਆ। ਅਤੇ ਪਰਮੇਸ਼ਰ ਨੇ ਬਿਲਕੁਲ ਉਹ ਗੱਡੀ ਨੂੰ ਵੀ ਬਿਲਕੁਲ ਠੀਕ ਕਰਤਾ ਇਹਨਾਂ ਦੇ ਵਿਸ਼ਵਾਸ ਦੇ ਲਈ। ਮੈਂ ਚਾਹੁੰਦਾ ਜ਼ੋਰ ਦਾ ਤਾਲੀ ਵਜਾਈ ਇਹਨਾਂ ਦੇ ਲਈ, ਜ਼ੋਰ ਦਾ ਤਾਲੀ ਵਜਾਈਏ ਪਰਮੇਸ਼ਰ ਦੇ ਲਈ। ਹਾਲੇਲੂਇਆ, ਉੱਚੀ ਆਵਾਜ਼ ਨਾਲ ਬੋਲੀਏ ਹਾਲੇਲੂਇਆ।